ਸਤਿ ਸ਼੍ਰੀ ਅਕਾਲ, ਮੈਂ ਹਾਂ ਜਤਿੰਦਰ ਸਿੰਘ ਅਤੇ ਸਪੋਕਸਮੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ 'ਤੇ। ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਵਾਪਸ ਪਰਤੇ ਸਿੱਧੂ, ਕਿਹਾ ਸੁੱਖ ਸੁਨੇਹਾ ਲੈ ਕੇ ਆਇਆ ਭਾਰਤ। ਸਿੱਧੂ ਦੇ ਵਾਪਸ ਆਉਂਦਿਆਂ ਹੀ ਪੱਖੀ ਸਿਆਸਤ, ਗੋਪਾਲ ਸਿੰਘ ਨਾਲ ਤਸਵੀਰ ਬਣਿਆ ਮੁੱਦਾ। ਦਿੱਲੀ ਤੋਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਗੋਪਾਲ ਸਿੰਘ ਨੂੰ ਖਾਲਿਸਤਾਨੀ ਸਮਰਥਕ ਆਖ ਸਿੱਧੂ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ। ਸੁਖਬੀਰ ਬਾਦਲ ਨੇ ਸਿੱਧੂ 'ਤੇ ਸਾਧਿਆ ਨਿਸ਼ਾਨਾ, ਕਿਹਾ ਨਵਜੋਤ ਸਿੱਧੂ ਨੂੰ ਦੇਣਾ ਪਵੇਗਾ ਤਸਵੀਰ ਦਾ ਜਵਾਬ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਚਾਵਲਾ ਨਾਲ ਤਸਵੀਰ 'ਤੇ ਸੁਖਬੀਰ ਦੇ ਬਦਲੇ ਸੁਰ, ਪਾਕਿਸਤਾਨ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ। ਦਿੱਲੀ 'ਚ ਕਿਸਾਨਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਦੇਸ਼ ਦੇ ਕਈ ਹਿੱਸਿਆਂ ਤੋਂ ਰਾਜਧਾਨੀ ਪਹੁੰਚੇ ਕਿਸਾਨ। ਅਤੇ ਹੁਣ ਖਬਰਾਂ ਦਾ ਵਿਸਤਾਰ। ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਭਾਰਤ ਪਰਤ ਆਏ ਨੇ। ਵਾਪਸ ਆਉਂਦਿਆਂ ਉਹਨਾਂ ਆਖਿਆ ਕਿ ਉਹ ਸੁੱਖ ਸੁਨੇਹਾ ਲੈ ਕੇ ਪਰਤੇ ਨੇ। ਉਹਨਾਂ ਕਿਹਾ ਕਿ ਇਮਰਾਨ ਖਾਨ ਜੰਗ ਨਹੀਂ ਚਾਹੁੰਦੇ, ਸਗੋਂ ਦੋਹਾਂ ਮੁਲਕਾਂ 'ਚ ਪਿਛਲੇ 71 ਸਾਲਾਂ ਦੇ ਕੁੜੱਤਣ ਨੂੰ ਖਤਮ ਕਰਕੇ ਪਿਆਰ, ਅਮਨ ਅਤੇ ਸ਼ਾਂਤੀ ਨੂੰ ਵਧਾਵਾ ਦੇਣਾ ਚਾਹੁੰਦੇ ਨੇ। ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਜੋ ਰੱਬ ਨੇ ਇਹ ਲਾਂਘਾ ਬਣਵਾਉਣਾ ਸ਼ੁਰੂ ਕੀਤਾ, ਇਹ ਦੋਹਾਂ ਮੁਲਕਾਂ ਲਈ ਖੁਸ਼ੀ ਦਾ ਰਾਹ ਖੋਲ੍ਹੇਗਾ। ਬੇਸ਼ੱਕ ਸਿੱਧੂ ਨੂੰ ਪਾਕਿਸਤਾਨ ਤੋਂ ਬੇਤਹਾਸ਼ਾ ਪਿਆਰ ਮਿਲਿਆ ਅਤੇ ਭਾਰਤ 'ਚ ਵੀ ਸਿੱਧੂ ਦੀ ਤਾਰੀਫ ਕੀਤੀ ਗਈ, ਪਰ ਬਾਵਜੂਦ ਇਸ ਦੇ ਸਿੱਧੂ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੋਪਾਲ ਚਾਵਲਾ ਨਾਲ ਤਸਵੀਰ ਸਾਹਮਣੇ ਆਈ, ਜਿਸ ਨੂੰ ਵਿਰੋਧੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਹਿਤ ਦਿੱਲੀ ਤੋਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੋਪਾਲ ਸਿੰਘ ਖਾਲਿਸਤਾਨੀ ਸਮਰਥਕ ਹੈ ਅਤੇ ਇਸ ਲਈ ਸਿੱਧੂ ਨੂੰ ਪੰਜਾਬ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸੁਖਬੀਰ ਬਾਦਲ ਵੀ ਪਿੱਛੇ ਨਹੀਂ ਰਹੇ ਅਤੇ ਉਹਨਾਂ ਵੀ ਸਿੱਧੂ 'ਤੇ ਨਿਸ਼ਾਨਾ ਸਾਧ ਦਿੱਤਾ। ਸੁਖਬੀਰ ਬਾਦਲ ਨੇ ਆਖਿਆ ਕਿ ਗੋਪਾਲ ਸਿੰਘ ਚਾਵਲਾ ਦੇਸ਼ ਨੂੰ ਵੰਡਣ ਦੀਆਂ ਗਤੀਵਿਧੀਆਂ ਕਰ ਰਿਹਾ ਅਤੇ ਅਜਿਹੇ ਇਨਸਾਨ ਨਾਲ ਸਿੱਧੂ ਦੀ ਫੋਟੋ ਸਾਹਮਣੇ ਆਈ ਹੈ, ਜਿਸ ਬਾਰੇ ਨਵਜੋਤ ਸਿੱਧੂ ਨੂੰ ਜਵਾਬ ਦੇਣਾ ਪਵੇਗਾ। ਇੰਨਾ ਹੀ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਗੋਪਾਲ ਚਾਵਲਾ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਤੇ ਸੁਖਬੀਰ ਨੇ ਇਸ ਲਈ ਪਾਕਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਸੁਖਬੀਰ ਨੇ ਇਸ ਤਸਵੀਰ ਨੂੰ ਲੈ ਕੇ ਆਪਣੇ ਸੁਰ ਬਦਲ ਦਿੱਤੇ। ਸੁਖਬੀਰ ਦਾ ਕਹਿਣਾ ਕਿ ਲੌਂਗੋਵਾਲ ਨੂੰ ਪਾਕ ਸਰਕਾਰ ਨੇ ਹੀ ਗੋਪਾਲ ਸਿੰਘ ਨਾਲ ਖੜਾ ਕੀਤਾ ਸੀ। ਉੱਧਰ ਨਵਜੋਤ ਸਿੱਧੂ ਨੇ ਗੋਪਾਲ ਸਿੰਘ ਨਾਲ ਤਸਵੀਰ ਦੇ ਮਾਮਲੇ ਨੂੰ ਬੇਲੋੜਾ ਦੱਸਿਆ। ਉਹਨਾਂ ਆਖਿਆ ਕਿ ਪਾਕਿਸਤਾਨ 'ਚ ਜਿਸ ਜਗ੍ਹਾ ਸਮਾਗਮ ਹੋਇਆ ਸੀ ਉੱਥੇ ਲੱਖਾਂ ਦੀ ਗਿਣਤੀ 'ਚ ਲੋਕ ਮੌਜੂਦ ਸਨ। ਇਸ ਦੌਰਾਨ ਕੌਣ ਕਿਸ ਕੋਲ ਬੈਠਾ ਅਤੇ ਕੌਣ ਕਿਸ ਨਾਲ ਤਸਵੀਰ ਖਿਚਾ ਰਿਹਾ, ਇਸ ਦਾ ਕੀ ਪਤਾ ਲੱਗਦਾ ਹੈ? ਉਹਨਾਂ ਕਿਹਾ ਕਿ ਉਹ ਤਾਂ ਗੋਪਾਲ ਚਾਵਲਾ ਨੂੰ ਜਾਣਦੇ ਹੀ ਨਹੀਂ। ਹਰ ਰੋਜ਼ ਕਰੀਬ 10,000 ਫੋਟੋਆਂ ਖਿੱਚਦੇ ਥੇ ਲੋਕ, 10,000 ਫੋਟੋਆਂ, ਜੈਸੇ ਯਹਾਂ ਜੈਸੇ ਵਹਾਂ, ਤੋ ਉਨਮੇਂ ਚਾਵਲਾ ਕੌਣ ਔਰ ਚੀਮਾ ਕੌਣ ਹੈ, ਯੇ ਮੈਂ ਨਹੀਂ ਜਾਣਤਾ। ਅਧਿਆਪਕਾਂ ਅਤੇ ਸਰਕਾਰ ਵਿਚਾਲੇ ਪਿਆਰ ਰੇੜਕਾ ਘਟਣ ਦੀ ਥਾਂ ਵੱਧਦਾ ਹੀ ਜਾ ਰਿਹਾ ਹੈ। ਹੁਣ ਸਿੱਖਿਆ ਮੰਤਰੀ OP ਸੋਨੀ ਨੇ ਅਧਿਆਪਕਾਂ ਨੂੰ ਸਬਕ ਸਿਖਾਉਣ ਲਈ ਵੱਡੇ ਪੱਧਰ 'ਤੇ ਬਦਲੀਆਂ ਕੀਤੀਆਂ ਨੇ। ਉਹਨਾਂ ਨੇ 28 ਅਤੇ 29 ਨਵੰਬਰ ਨੂੰ ਤਨਖਾਹ ਕਟੌਤੀ ਦੀ ਸ਼ਰਤ ਨਾ ਮੰਨਣ ਵਾਲੇ ਅਧਿਆਪਕਾਂ ਨੂੰ ਦੂਰ ਦੁਰਾਡੇ ਬਦਲ ਦਿੱਤਾ ਹੈ। ਇਹ ਬਦਲੀਆਂ ਆਰਜ਼ੀ ਕੀਤੀਆਂ ਗਈਆਂ ਨੇ, ਜਿਸ ਦਾ ਮਕਸਦ ਸਰਕਾਰ ਦੀ ਸ਼ਰਤ ਕਬੂਲ ਕਰਨ ਲਈ ਦਬਾਅ ਬਣਾਉਣਾ ਹੈ। ਸਰਕਾਰ ਚਾਹੁੰਦੀ ਹੈ ਕਿ 30 ਨਵੰਬਰ ਤੱਕ ਡਰਾ ਕੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਤਨਖਾਹ ਕਟੌਤੀ ਦੀ ਸ਼ਰਤ ਮਨਾ ਲਈ ਜਾਵੇ। ਪਰ ਉੱਧਰ ਦੂਜੇ ਪਾਸੇ ਜਿਹੜੇ ਅਧਿਆਪਕ, ਉਹ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੇ ਨੇ ਅਤੇ ਆਪਣੇ ਫੈਸਲੇ 'ਤੇ ਅੜਿੰਗ ਨਜ਼ਰ ਆ ਰਹੇ ਨੇ। ਕਿਸਾਨ ਇੱਕ ਵਾਰ ਫਿਰ ਕੇਂਦਰ ਸਰਕਾਰ ਖਿਲਾਫ਼ ਸੜਕਾਂ 'ਤੇ ਨੇ ਅਤੇ ਇਸ ਵਾਰ ਕਿਸਾਨ ਦੇਸ਼ ਦੇ ਕਈ ਹਿੱਸਿਆਂ ਤੋਂ ਰਾਜਧਾਨੀ ਦਿੱਲੀ ਪਹੁੰਚੇ ਨੇ। ਕਿਸਾਨ ਰਾਮਲੀਲਾ ਮੈਦਾਨ ਵਿਖੇ ਕਰਜ਼ ਮੁਆਫ਼ੀ ਅਤੇ ਫਸਲਾਂ 'ਤੇ ਸਹੀ ਭਾਅ ਮਿਲਣ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ। ਅੰਦੋਲਨਕਾਰੀ ਕਿਸਾਨਾਂ ਦੀਆਂ ਮੁੱਖ ਮੰਗਾਂ 'ਚੋਂ ਇੱਕ ਹੈ
ਕਿਸਾਨੀ ਮਸਲੇ ਵਿਚਾਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਕਿਸਾਨ ਮੰਗ ਕਰ ਰਹੇ ਨੇ ਕਿ ਉਹਨਾਂ ਦੀਆਂ ਜਥੇਬੰਦੀਆਂ ਵੱਲੋਂ ਤਿਆਰ ਕੀਤੇ ਦੋ ਬਿੱਲਾਂ ਨੂੰ ਵੀ ਸੰਸਦ ਪਾਸ ਕਰੇ। ਪਹਿਲਾ ਬਿੱਲ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣਾ ਅਤੇ ਦੂਜਾ ਖੇਤੀ ਉਤਪਾਦ ਅਤੇ ਜਿਨਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਮੁਹੱਈਆ ਕਰਨਾ ਯਕੀਨੀ ਬਣਾਉਣ ਨਾਲ ਸੰਬੰਧਿਤ ਹੈ। ਕਿਸਾਨ ਇਸ ਧਰਨੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਦੂਰ ਦੁਰਾਡੇ ਪਹੁੰਚ ਰਹੇ ਨੇ। ਫਿਲਹਾਲ ਅੱਜ ਦੇ ਬੁਲੇਟਿਨ 'ਚ ਇੰਨਾ ਹੀ। ਕੱਲ੍ਹ ਫੇਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਜਤਿੰਦਰ ਸਿੰਘ ਨੂੰ ਦਿਓ ਆਗਿਆ। ਧੰਨਵਾਦ।